ਜ਼ਿੰਦਗੀ ਦਾ ਇੰਨਾ ਵਕਤ ਮੈਂ ਪਬਲਿਕ ਦੇ ਵਿੱਚ ਜਾਣ ਲਈ ਤਰਸਦਾ ਰਿਹਾ। ਮੈਂ ਆਪਣੀ ਜ਼ਿੰਦਗੀ ਦੇ ਵੀ 22 ਸਾਲ ਜਿਹੜੇ 20 ਸਾਲ ਤੱਕ ਮੈਂ ਸਿਰਫ ਉਹ ਹੀ ਰਿਹਾ ਕਿ ਮੈਂ ਲੋਕਾਂ ਦੇ ਵਿੱਚ ਪਹੁੰਚਾ। ਅਗਰ ਪੋਲੀਟਿਕਸ ਨੂੰ ਕਹਿੰਦੇ ਨੇ ਲੋਕ, ਮੈਂ ਤਾਂ ਇੱਕ ਸੋਸ਼ਲ ਕਮਿਟਮੈਂਟ ਵਾਸਤੇ ਸੋਸ਼ਲੀ ਉਸ ਜ਼ਿੰਦਗੀ 'ਚ ਗਿਆ। ਮੈਂ ਉਹ ਫਿਰ ਆਪਣੇ ਆਪ ਹੀ ਰਸਤੇ ਬਣ ਗਏ। ਉਹਨਾਂ ਨੇ ਆਪਣੇ ਆਪ ਹੀ ਮੈਨੂੰ ਪਾਰਲੀਮੈਂਟਰੀਅਨ ਬਣਾਤਾ, ਰਾਜ ਸਭਾ 'ਚ ਦੇ ਦਿੱਤਾ। ਰਾਜ ਸਭਾ 'ਚ ਦਿੱਤਾ, ਉਹਨਾਂ ਨੇ ਕਿਹਾ ਲੋਕ ਸਭਾ ਲੜ ਜਾਓ। ਮੈਨੂੰ ਲੱਗਿਆ ਹਾਂ ਲੜ ਜਾਂਦੇ ਹਾਂ, ਉਹ ਵੀ ਲੜ ਗਏ ਅਤੇ ਮੈਂ 5 ਟਰਮ ਜਿਹੜਾ ਮੈਂਬਰ ਆਫ ਪਾਰਲੀਮੈਂਟ ਵੀ ਰਹਿ ਲਿਆ। ਅਤੇ ਇਹ ਸਭ ਕੋਈ ਮੇਰੇ ਕੋਲ ਪਲੈਨ ਨਹੀਂ ਕੀਤਾ ਸੀ, ਲੇਕਿਨ ਪਲੈਨ ਮੇਰਾ ਸਿਰਫ ਇਹ ਸੀ ਕਿ ਲੋਕ ਮੈਨੂੰ ਜਾਣਨ, ਲੋਕ ਮੈਨੂੰ ਪਹਿਚਾਣਨ। ਔਰ ਮੈਨੂੰ ਰਾਜ ਬੱਬਰ ਕੋ ਮੇਰੇ ਮਾਂ ਬਾਪ ਨੇ ਮੇਰੇ ਜਾਂ ਮੇਰੇ ਮਾਂ ਪਿਓ ਨੇ ਮੈਨੂੰ ਪੈਦਾ ਕੀਤਾ, ਮੈਂ ਦੁਨੀਆ 'ਚ ਆਇਆ। ਲੇਕਿਨ ਰਾਜ ਬੱਬਰ ਨਾਂ ਨੂੰ ਪੈਦਾ ਕੀਤਾ ਸਿਨੇਮਾ ਨੇ, ਥੀਏਟਰ ਨੇ, ਆਰਟ ਨੇ, ਮੇਰੀ ਐਕਟਿੰਗ ਨੇ। ਬੀਇੰਗ ਅ ਪੋਲੀਟੀਸ਼ੀਅਨ ਹੋਣ ਦੇ ਨਾਤੇ ਉਹਦੇ ਵਿੱਚ ਜਦੋਂ ਆਪਣੇ ਨਾਲ ਪੋਲੀਟਿਕਸ ਹੁੰਦੀ ਹੈ ਤਾਂ ਉਹ ਉਹ ਟਾਈਮ ਕਿੱਦਾਂ ਕਿੰਨਾ ਔਖਾ ਹੈ ਫੇਸ ਕਰਨਾ ਇਨਸਾਨ ਵਾਸਤੇ? ਮੈਂ ਜ਼ਿੰਦਗੀ ਭਰ ਦਿਮਾਗ ਇਸਤੇਮਾਲ ਨਹੀਂ ਕੀਤਾ, ਨਾ ਐਕਟਿੰਗ 'ਚ ਕੀਤਾ ਅਤੇ ਨਾ ਹੀ ਸੋਸ਼ਲ ਲਾਈਫ 'ਚ ਕੀਤਾ। ਮਰਪਿਤ ਸੀਗੇ ਲੋਕਾਂ ਨੂੰ? ਮੈਂ ਸਿਰਫ ਦਿਲੋਂ ਸੋਚਦਾ ਰਿਹਾ। ਮੈਂ ਅਗਰ 2-4-5 ਵਾਰੀ ਜੋ ਬਣਿਆ ਵੀ ਹਾਂ ਮੈਂਬਰ ਆਫ ਪਾਰਲੀਮੈਂਟ, ਮੈਨੂੰ ਦਿਲੋਂ ਕਿਹਾ ਕਿ ਨਹੀਂ, ਮੈਂ ਉਹਨੇ ਕਿਹਾ ਕਿ ਯਾਰ ਨਹੀਂ ਰਾਜ ਹਮ ਚਾਹਤੇ ਹੈ ਆਪਣੀ ਇਲੈਕਸ਼ਨ ਲੜੋ, ਅਤੇ ਮੈਂ ਉਹਦੀ ਇੱਜ਼ਤ ਕਰਦਾ ਸੀ, ਮੈਂ ਉਹਦੀ ਉਹਦਾ ਦਿਲੋਂ ਉਹਨੂੰ ਪਿਆਰ ਕਰਦਾ ਸੀ। ਉਹਨੇ ਕਿਹਾ, ਮੈਨੂੰ ਕਿਹਾ ਠੀਕ ਹੈ ਭਾਈ। ਅਤੇ ਮੈਨੂੰ ਇਹ ਮੇਰੀ ਜਰਨੀ ਪੁੱਠੀ ਹੁੰਦੀ ਸੀ, ਮੈਂ ਉੱਤੋਂ ਇੱਥੇ ਨਹੀਂ ਆਉਂਦਾ ਸਾਂ, ਮੈਂ ਇੱਥੋਂ ਇੱਥੇ ਜਾਂਦਾ ਸਾਂ। ਰਾਜ ਸਾਹਿਬ, ਤੁਸੀਂ ਨਾ ਉੱਥੇ ਮਤਲਬ ਕਿ ਗੱਲਾਂ ਇਹ ਵੀ ਕਹੀਆਂ ਸੀਗੀਆਂ ਕਿ ਜਦੋਂ ਮੈਂ ਪੋਲੀਟੀਸ਼ੀਅਨ ਸੀਗਾ ਨਾ, ਬੜੀਆਂ ਫਿਲਮਾਂ ਮੇਰੇ ਕੋਲ ਗਈਆਂ ਹੱਥੋਂ ਦੀ, ਮਤਲਬ ਇਹਦਾ ਮੈਨੂੰ ਬਹੁਤ ਲੋਸ ਹੋਇਆ। ਅਤੇ ਮੈਂ ਉਹ ਜਿਹੜਾ ਐਕਸਪੀਰੀਅੰਸ ਉਹ ਮੂਡ ਜਾਣਨਾ ਚਾਹੂੰਗਾ, ਬਿਕੋਜ਼ ਬੀਇੰਗ ਅ ਸੈਲੀਬ੍ਰਿਟੀ ਹੋਣ ਦੇ ਨਾਤੇ ਲੋਕ ਤੁਹਾਨੂੰ ਐਜ਼ ਅ ਯੂ ਨੋ ਪੋਲੀਟੀਸ਼ੀਅਨ ਐਕਸੈਪਟ ਨਹੀਂ ਕਰਦੇ। ਲੋਕ ਇਹ ਸੋਚਦੇ ਆ ਵੀ ਆ ਤੁਸੀਂ ਸੈਲੀਬ੍ਰਿਟੀ ਹੋ ਤਾਂ ਸੈਲੀਬ੍ਰਿਟੀ ਕਦੇ ਪੋਲੀਟੀਸ਼ੀਅਨ ਨਹੀਂ ਹੋ ਸਕਦਾ। ਅਨਫੋਰਚੁਨੇਟ ਸੀ, ਮੈਂ ਜਦੋਂ ਫਿਲਮਾਂ ਕਰ ਰਿਹਾ ਸੀ, ਮੇਰੀ ਫਿਲਮ ਦਲਾਲ ਬਹੁਤ ਵੱਡੀ ਹਿੱਟ ਹੋਈ ਸੀ, ਔਰ ਉਸ ਵਕਤ ਜੋ ਹੈ ਕਿ ਇੰਡਸਟਰੀ ਦੇ ਵਿੱਚ ਕੋਈ ਹਾਦਸੇ ਐਸੇ ਹੋ ਰਹੇ ਸਨ ਕਿ ਵਿਨੋਦ ਖੰਨਾ ਫਿਲਮ ਇੰਡਸਟਰੀ ਛੱਡ ਕੇ ਚਲੇ ਗਏ, ਉਹ ਸਾਧੂ ਹੋ ਗਏ ਸਨ, ਉਹ ਸ਼ੋਅ ਕੋਲ ਚਲੇ ਗਏ, ਐਕਟਰਸ ਸ਼ਾਦੀਆਂ ਕਰ ਰਹੀਆਂ ਸਨ, ਇੱਥੇ ਰਤੀ ਨੇ ਇੱਧਰ ਕਰ ਲਈ ਉੱਧਰ ਕਰ ਲਈ, ਉੱਧਰ ਬਹੁਤ ਬਹੁਤ ਜ਼ਿਆਦਾ ਜ਼ਿਆਦਾ ਫਿਲਮਾਂ ਸੀ। ਅਤੇ ਮੇਰੇ ਕੋਲ ਉਸ ਵਕਤ 63 ਫਿਲਮ ਸਨ, 63 ਫਿਲਮਾਂ ਸਨ ਮੇਰੇ ਕੋਲ। ਯਾਰੀ ਦੋਸਤੀ ਨੂੰ ਮਿਸ ਕਰਦੇ ਹੋ? ਉਸ ਸਮੇਂ ਜੋ ਯਾਰ ਦੋਸਤ ਸੀਗੇ, ਉਸ ਸਮੇਂ ਜੋ ਬੌਂਡ ਸੀਗਾ ਰਾਜ ਬੱਬਰ ਦੀ ਜ਼ਿੰਦਗੀ ਵਿੱਚ, ਭਾਵੇਂ ਫਿਲਮ ਇੰਡਸਟਰੀ ਦਾ ਲਗਾ ਲਓ, ਕਿਉਂਕਿ ਸਾਨੂੰ ਤਾਂ ਫਿਲਮਾਂ ਦਾ ਹੀ ਪਤਾ, ਉਹ ਬੌਂਡ ਅੱਜ ਹੈਗਾ ਰਾਜ ਬੱਬਰ ਜ਼ਿੰਦਗੀ ਵਿੱਚ, ਜਾਂ ਇਸ ਸ਼ੋਹਰਤ ਨੂੰ ਜਿਹੜਾ ਅੱਜ ਰੱਬ ਨੇ ਮੁਕਾਮ ਬਖਸ਼ਿਆ, ਪੈਸਾ ਬਖਸ਼ਿਆ, ਇਸ ਨੂੰ ਮਾਣਦੇ ਹੋ? ਕੁਛ ਅਸੀਂ ਅੱਜ ਵੀ ਹੋਰ ਖੁਸ਼ੀ ਦੇ ਫੋਨ 'ਤੇ ਗੱਲਾਂ ਕਰ ਲਈਦਾ, ਮਿਲ ਲਈਦਾ, ਸੋ ਜੇ ਤਾਂ ਰਿਸ਼ਤੇ ਬਰਕਰਾਰ ਨੇ। ਲੇਕਿਨ ਅੱਜ ਖੁਸ਼ੀ ਹੁੰਦੀ ਆਪਣੇ ਬੱਚਿਆਂ ਨੂੰ ਦੇਖ ਕੇ, ਇਹਨਾਂ ਦੇ ਦੋਸਤਾਂ ਯਾਰਾਂ ਨੂੰ ਵੇਖ ਕੇ, ਔਰ ਕੋਸ਼ਿਸ਼ ਕਰਨੇ ਆ ਜੇ ਸਭ ਬੱਚੇ ਸਾਰੇ ਇਕੱਠੇ ਹੋ ਜਾਣ ਅਤੇ ਫਿਰ ਇਹ ਆਪਣੇ ਦੋਸਤਾਂ ਨੂੰ ਵੀ ਬੁਲਾ ਲੈ। ਸਤਿ ਸ਼੍ਰੀ ਅਕਾਲ ਜੀ, ਮੈਂ ਸਾਹਿਲ, ਤੁਸੀਂ ਦੇਖ ਰਹੇ ਹੋ ਜੀ ਨਿਊਜ਼ 18 ਪੰਜਾਬ। ਅੱਜ ਜਿਹੜੇ ਮੇਰੇ ਨਾਲ ਆਰਟਿਸਟ ਬੈਠੇ ਨੇ, ਬਹੁਤ ਕਮਾਲ ਦੇ ਆਰਟਿਸਟ ਨੇ, ਬਹੁਤ ਕਮਾਲ ਦੇ ਪੋਲੀਟੀਸ਼ੀਅਨ ਨੇ। ਜ਼ਿਆਦਾ ਸਮਾਂ ਇਹਨਾਂ ਦੀ ਇੰਟਰੋ 'ਤੇ ਮੈਂ ਨਹੀਂ ਵੇਸਟ ਕਰੂੰਗਾ, ਪਲੀਜ਼ ਵੈਲਕਮ ਰਾਜ ਬੱਬਰ ਸਾਹਿਬ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਮੇਰੇ ਵੀਰ, ਠੀਕ ਹੋ? ਆਲ ਗੁੱਡ। ਤੁਹਾਡੀ ਸਮਾਈਲ ਬੜੀ ਪਿਆਰੀ ਹੈ, ਅਟਰੈਕਟ ਕਰ ਰਹੀ ਹੈ ਕਿ ਅਸੀਂ ਤੁਹਾਡੇ ਪਿਆਰ ਵਾਸਤੇ, ਮਤਲਬ ਕਿ ਲੋਕ ਬੜਾ ਪਸੰਦ ਕਰਦੇ ਆ ਤੁਹਾਨੂੰ, ਅਤੇ ਅਸੀਂ ਯੂ ਨੋ ਵੇਟ ਕਰਦੇ ਰਹੇ ਸੀਗੇ ਕਦੋਂ ਤੁਸੀਂ ਆਓ ਅਤੇ ਸਾਨੂੰ ਇੱਥੇ ਮਿਲੋ ਤਾਂ ਅਸੀਂ ਗੱਲਬਾਤ ਕਰੀਏ। ਥੈਂਕ ਯੂ ਸੋ ਮਚ। ਮੈਨੂੰ ਵੀ ਚੰਗਾ ਲੱਗ ਰਿਹਾ ਕਿ ਤੁਹਾਡੇ ਰਾਹੀਂ ਮੈਂ ਆਪਣੇ ਮਿੱਤਰਾਂ ਨੂੰ, ਆਪਣੇ ਦੋਸਤਾਂ ਨੂੰ, ਆਪਣੇ ਚਾਹਣ ਵਾਲਿਆਂ ਨੂੰ, ਜਿਨ੍ਹਾਂ ਨੇ ਮੈਨੂੰ ਇੰਨੇ ਦਿਨਾਂ ਤੱਕ ਰਾਜ ਬੱਬਰ ਬਣਾ ਕੇ ਰੱਖਿਆ ਹੋਇਆ, ਔਰ ਮੈਨੂੰ ਆਪਣਾ ਆਸ਼ੀਰਵਾਦ, ਆਪਣਾ ਪਿਆਰ, ਆਪਣਾ ਸਾਥ ਦਿੱਤਾ ਹੋਇਆ, ਅਤੇ ਮੇਰੇ ਵਾਸਤੇ ਵੀ ਇਹ ਬਹੁਤ ਵੱਡੀ ਗੱਲ ਹੈ। ਥੈਂਕ ਯੂ ਸਰ। ਐਂਡ ਮੈਂ ਨਾ ਦੇਖ ਰਿਹਾ ਸੀਗਾ, ਮੈਂ ਕਿਹਾ ਵੀ 47 ਈਅਰਸ ਦਾ ਕੈਰੀਅਰ ਹੈ ਤੁਹਾਡਾ ਫਿਲਮ ਇੰਡਸਟਰੀ ਦਾ, ਐਂਡ ਹਲੇ ਜਿਹੜਾ ਤੁਹਾਡਾ ਪੋਲੀਟਿਕਸ ਦਾ ਕਰੀਅਰ ਅਲੱਗ, ਜਿਹੜਾ ਤੁਸੀਂ ਮੈਂਬਰ ਆਫ ਪਾਰਲੀਮੈਂਟ, ਲੋਕ ਸਭਾ ਰਹੇ ਹੋ, ਰਾਜ ਸਭਾ ਰਹੇ ਹੋ, ਹੈ ਨਾ, ਮਤਲਬ ਕਿ ਥੋੜ੍ਹਾ ਗ੍ਰਾਫ ਦੇਖਿਆ ਜਾਵੇ ਰਾਜ ਬੱਬਰ ਸਾਹਿਬ ਬਹੁਤ ਵੱਡਾ ਗ੍ਰਾਫ ਹੈ ਤੁਹਾਡਾ, ਇਹ ਪੂਰੇ ਗ੍ਰਾਫ ਨੂੰ ਬੀਇੰਗ ਅ ਪੋਲੀਟੀਸ਼ੀਅਨ, ਬੀਇੰਗ ਐਨ ਐਕਟਰ, ਬੀਇੰਗ ਐਨ ਆਰਟਿਸਟ ਸਪੈਸ਼ਲੀ, ਭਾਵੇਂ ਹਿੰਦੀ ਫਿਲਮਸ ਦਾ ਹੋਵੇ, ਭਾਵੇਂ ਪੰਜਾਬ ਦਾ ਹੋਵੇ, ਇਹ ਸਾਰੇ ਕਰੀਅਰ ਨੂੰ ਤੁਸੀਂ ਕਿੰਨਾ ਖਾਸ ਦੇ ਸਮੇਂ 'ਚ ਆਨੰਦ ਲੈਂਦੇ ਹੋ? ਬਿਕੋਜ਼ ਇਹ ਫੀਲਿੰਗ ਬਹੁਤ ਹੀ ਕਮਾਲ ਹੁੰਦੀ ਆ। ਕੋਈ ਦੁਰਾਏ ਨਹੀਂ, ਜ਼ਿੰਦਗੀ ਦੇ ਵਿੱਚ ਜੋ ਹੈ ਬੇਸ਼ੱਕ ਲੱਗਦਾ ਕਿ ਅਸੀਂ ਬਹੁਤ ਕੁਛ ਕਰ ਰਹੇ ਹਾਂ, ਲੇਕਿਨ ਜਦੋਂ ਤੁਸੀਂ
ਇਹਨਾਂ ਤਮਾਮ ਰਸਤਿਆਂ ਤੋਂ ਗੁਜ਼ਰ ਕੇ ਆਉਂਦੇ ਹੋ ਅਤੇ ਲੱਗਦਾ ਕਿ ਜ਼ਿੰਦਗੀ 'ਚ ਸ਼ਾਇਦ ਛੋਟੀ ਹੈ ਅਸੀਂ ਜੋ ਜਿਸ ਰਸਤਾ ਜਿਨ ਰਸਤਿਆਂ ਤੋਂ ਗੁਜ਼ਰ ਕੇ ਆਏ ਹਾਂ ਉਸ 'ਚ ਤਾਂ ਬਹੁਤ ਵੱਡੇ ਵੱਡੇ ਲੋਕ ਨੇ ਔਰ ਬਹੁਤ ਹੀ ਕਾਬਿਲ ਟੈਲੈਂਟਡ ਲੋਕ ਨੇ ਔਰ ਬਹੁਤ ਹੀ ਡੈਡੀਕੇਟਿਡ ਲੋਕ ਨੇ ਔਰ ਤਾਂ ਸਮਝ ਆਉਂਦਾ ਹੈ ਕਿ ਦੇਸ਼ ਅਸੀਂ ਮੈਂ ਕਰਦੇ ਰਹੀਏ ਸਾਡੇ ਮੈਂ ਨਾਲ ਕੁਝ ਨਹੀਂ ਹੁੰਦਾ ਬਲਕਿ ਦੇਸ਼ ਬਹੁਤ ਵੱਡੇ ਲੋਕਾਂ ਦੀ ਕੀ ਵਜ੍ਹਾ ਨਾਲ ਬਹੁਤ ਬਹੁਤ ਟੈਲੈਂਟਡ ਲੋਕਾਂ ਦੀ ਵਜ੍ਹਾ ਨਾਲ ਚਾਹੇ ਅਸੀਂ ਕਲਾ ਦੇ ਖੇਤਰ 'ਚ ਹੋਈਏ ਚਾਹੇ ਅਸੀਂ ਸਮਾਜਿਕ ਖੇਤਰ 'ਚ ਹੋਈਏ ਅਸੀਂ ਅਗਰ ਅੱਜ ਆਪਣੇ ਆਪ ਨੂੰ ਇੱਥੇ ਮਹਿਫੂਜ਼ ਖੜ੍ਹਾ ਮਹਿਸੂਸ ਕਰਨੇ ਹਾਂ ਜਾਂ ਅਸੀਂ ਆਪਣੇ ਆਪ ਨੂੰ ਆਰਟਿਸਟ ਕਹਿੰਦੇ ਹਾਂ ਇਹਦੇ ਪਿੱਛੇ ਉਹਨਾਂ ਸਭ ਦੀਆਂ ਬਣਾਈਆਂ ਹੋਈਆਂ ਰਾਹਾਂ ਨੇ ਉਹਨਾਂ ਦੇ ਬਣਾਏ ਹੋਏ ਰਸਤੇ ਨੇ ਅਸੀਂ ਤਾਂ ਸਿਰਫ ਉਹਨਾਂ ਦੇ ਰਸਤਿਆਂ 'ਤੇ ਆਪਣੇ ਉਹਨਾਂ ਦੇ ਪਦਸ਼ਾਪਾਂ 'ਤੇ ਅਸੀਂ ਚੱਲ ਰਹੇ ਹਾਂ ਐਂਡ ਸਰ ਮੈਂ ਨਾ ਇੱਕ ਚੀਜ਼ ਨਾ ਜਦੋਂ ਆਪਾਂ ਤੁਹਾਡੇ ਪੀ ਸੀ ਕਰ ਰਹੇ ਸੀਗੇ ਮੈਂ ਓਬਜ਼ਰਵ ਕਰ ਰਿਹਾ ਸੀਗਾ ਮੈਂ ਕਿਹਾ ਬਈ ਇਨਸਾਨ ਦੇ ਚਿਹਰੇ 'ਤੇ ਹਾਸਾ ਜ਼ਰੂਰ ਹੁੰਦਾ ਪਰ ਉਹਦੇ ਅੰਦਰ ਨਹੀਂ ਪਤਾ ਕੀ ਚੱਲ ਰਿਹਾ ਹੁੰਦਾ ਕਿਉਂਕਿ ਜਿਹੜੀ ਉਹਨੂੰ ਬੜੇ ਸਮੇਂ ਦੇ ਨਾਲ ਕੋਈ ਚੀਜ਼ ਮਿਲ ਰਹੀ ਹੁੰਦੀ ਹੈ ਨਾ ਤਾਂ ਉਹ ਮੇਰੇ ਖਿਆਲ ਤੋਂ ਉਹ ਸਮੇਂ ਦਾ ਉਹ ਆਨੰਦ ਤਾਂ ਲੈ ਰਿਹਾ ਹੁੰਦਾ ਪਰ ਉਹਦੇ ਦਿਲ 'ਚ ਨਾ ਪਤਾ ਨਹੀਂ ਕਿੰਨਾ ਸਬਰ ਹੁੰਦਾ ਕਿੰਨੀ ਕਿੰਨੀ ਉਡੀਕ ਹੁੰਦੀ ਹੈ ਕਿ ਕਦੋਂ ਇਹ ਚੀਜ਼ ਆਊਗੀ ਕਦੋਂ ਅਸੀਂ ਵਾਪਸ ਆਪਣੇ ਪਿਆਰ ਜਿਹੜਾ ਸਾਨੂੰ ਲੋਕ ਕਰਦੇ ਨੇ ਸੋਨਾ ਵਿੱਚ ਘਰ ਜਾਵਾਂਗੇ ਹੈ ਨਾ ਅੱਜ ਬਹੁਤ ਸਮੇਂ ਬਾਅਦ ਮੇਰੇ ਖਿਆਲ ਤੋਂ ਤੁਸੀਂ ਵਿਚਰੇ ਹੋ ਆਈ ਥਿੰਕ ਲੋਕਾਂ ਦੇ ਨਾਲ ਫੈਨਸ ਦੇ ਨਾਲ ਆਪਣੇ ਚਾਹੁਣ ਵਾਲਿਆਂ ਦੇ ਨਾਲ ਇਹ ਪਿਆਰ ਇਹ ਮੁਹੱਬਤ ਅੱਜ ਰਾਜ ਬੱਬਰ ਨੂੰ ਕਿਵੇਂ ਫੀਲ ਕਰਾ ਰਹੀ ਹੈ ਕਿ ਇੰਨੇ ਸਾਰੇ ਯੂ ਨੋ ਗ੍ਰਾਫ ਤੋਂ ਬਾਅਦ ਲੋਕ ਫਿਰ ਵੀ ਹਲੇ ਮੇਰੀ ਉਡੀਕ ਕਰਦੇ ਹੈ ਕਿ ਮੈਂ ਉਹਨਾਂ ਨੂੰ ਦਿਖਾਂ ਦੇਖੋ ਮੈਂ ਸ਼ੁਕਰਗੁਜ਼ਾਰ ਹਾਂ ਫਿਲਮ ਸ਼ਾਹਕੋਟ ਦੀ ਟੀਮ ਦਾ ਪ੍ਰੋਡਿਊਸਰ ਡਾਇਰੈਕਟਰ ਜਿਹੜੇ ਅੱਛੇ ਪਿਆਰੇ ਆਰਟਿਸਟ ਨੇ ਗੁਰੂ ਰੰਧਾਵਾ ਰਾਜੀਵ ਤਿੰਗਰਾ ਡਾਇਰੈਕਟਰ ਆਲ ਦਿਸ ਸ਼ਬਦ ਹਰਦੀਪ ਇਹ ਤਮਾਮ ਆਰਟਿਸਟ ਨੇਹਾ ਸੀਮਾ ਮਤਲਬ ਇਹ ਆਰਟਿਸਟ ਨੇ ਮੈਂ ਇਸ ਫਿਲਮ ਵਿੱਚ ਲਾਈਕ ਏ ਫੈਮਲੀ ਮੈਂ ਉਹਨਾਂ ਨਾਲ ਕੰਮ ਉਹ ਕਰ ਰਿਹਾ ਸਾਂ ਔਰ ਉਹ ਵੀ ਮੈਨੂੰ ਆਪਣੇ ਇੱਕ ਫੈਮਲੀ ਦਾ ਵੱਡਾ ਸਮਝ ਕੇ ਮੇਰੇ ਨਾਲ ਸਨ ਬਟ ਅਸੀਂ ਜਦੋਂ ਕੰਮ ਕਰ ਰਹੇ ਸੀ ਨਾ ਇਤਨੀ ਅੱਛੀ ਬੌਂਡਿੰਗ ਸੀ ਔਰ ਜਿਸ ਮੁਹੱਬਤ ਦੀ ਅਸੀਂ ਗੱਲ ਕਰ ਰਹੇ ਹਾਂ ਉਹ ਮੁਹੱਬਤ ਇਸ ਫਿਲਮ 'ਚ ਨਜ਼ਰ ਆਏਗੀ ਤੁਹਾਨੂੰ ਔਰ ਇਹ ਫਿਲਮ ਦਾ ਸਬਜੈਕਟ ਇਤਨਾ ਖੂਬਸੂਰਤ ਸਬਜੈਕਟ ਸੀ ਤੁਸੀਂ ਦੇਖ ਰਹੇ ਹੋਗੇ ਕਿ ਨੈਚੁਰਲੀ ਮੈਂ ਜਦੋਂ ਵੈਸੇ ਵੀ ਕਦੀ ਜਦੋਂ ਮੈਂ ਪਬਲਿਕ ਦੇ ਵਿੱਚ ਜਾਂ ਪਬਲਿਕ ਨੂੰ ਦੇਖਣਾ ਤਾਂ ਜਿਹੜਾ ਸਵੇਰੇ ਲੋਕ ਕਹਿੰਦੇ ਨਾ ਮੈਂ ਜਦ ਕਰਦਾ ਨਾ ਤਾਂ ਮੈਂ ਜਿਹੜਾ ਥੋੜ੍ਹਾ ਮੈਂ ਰਿਲੈਕਸ ਮਹਿਸੂਸ ਕਰਦਾ ਮੇਰੀ ਜ਼ਿੰਦਗੀ ਦਾ ਇੰਨਾ ਤੁਸੀਂ ਦੱਸਿਆ ਖੁਦ ਹੀ ਕਿ ਮੇਰੀ ਜ਼ਿੰਦਗੀ ਦਾ ਇੰਨਾ ਵਕਤ ਮੈਂ ਪਬਲਿਕ ਦੇ ਵਿੱਚ ਜਾਣ ਲਈ ਤਰਸਦਾ ਰਿਹਾ ਜੋ ਵੀ ਮੇਰਾ ਵਕਤ ਸੀ ਮੈਂ 15-20 ਸਾਲ ਜ਼ਿੰਦਗੀ ਪੈਦਾ ਹੋਣ ਤੋਂ ਲੈ ਕੇ 22 ਸਾਲ ਤੱਕ ਮਤਲਬ 15-22 ਸਾਲ ਹੀ 20 ਸਾਲ ਹੀ ਸਮਝੋ ਮੈਂ ਆਪਣੀ ਜ਼ਿੰਦਗੀ ਦੇ ਵੀ 22 ਸਾਲ ਜਿਹੜੇ 20 ਸਾਲ ਤੱਕ ਮੈਂ ਸਿਰਫ ਉਹ ਹੀ ਰਿਹਾ ਕਿ ਮੈਂ ਲੋਕਾਂ ਦੇ ਵਿੱਚ ਪਹੁੰਚਾ ਉਹ ਮੇਰੀ ਖਾਹਿਸ਼ ਸੀ ਔਰ ਕਿ ਮੈਂ ਔਰ ਉਹ ਸਿਨੇਮਾ ਉਸਦਾ ਇੱਕ ਰਾਹ ਸੀ ਜਾਂ ਮਤਲਬ ਅਲਟੀਮੇਟ ਸੀ ਸਿਨੇਮਾ ਜਾਂ ਥੀਏਟਰ ਉਹ ਅਲਟੀਮੇਟ ਸੀ ਅਤੇ ਮੈਂ ਅੰਦਰੋਂ ਮੇਰੀ ਚਾਹ ਸੀ ਮੈਂ ਲੋਕਾਂ ਤੱਕ ਪਹੁੰਚਾ ਮੈਨੂੰ ਲੋਕ ਜਾਣਨ ਮੈਂ ਉਸ 20 ਸਾਲ ਜਾਂ 22 ਸਾਲ ਮਿਹਨਤ ਕੀਤੀ ਹੋਰ ਵੀ ਅੱਗੇ ਮਿਹਨਤ ਕਰਦਾ ਰਿਹਾ ਪਰ ਉਹ ਮੇਰੀ ਮਿਹਨਤ ਦਾ ਜੋ ਮੇਰੇ ਅਤੇ ਕੰਟੀਨਿਊਸ ਜੋ ਇੱਕ ਪ੍ਰੋਸੈਸ ਸੀ ਉਹ ਖਤਮ ਨਹੀਂ ਹੋਇਆ ਅਤੇ ਜੋ ਤੁਸੀਂ ਸੋਚੋ ਕਿ ਮੈਂ ਜੋ ਮੈਨੂੰ ਚਾਹੀਦਾ ਉਹ ਮੈਂ ਉਸ 'ਤੇ ਪਹੁੰਚ ਰਿਹਾ ਤਾਂ ਤੁਹਾਨੂੰ ਜ਼ਬਰਦਸਤੀ ਹੱਸਣ ਦੀ ਲੋੜ ਨਹੀਂ ਪੈਂਦੀ ਤੁਹਾਡੇ ਅੰਦਰ ਖਿਲਖਿਲਾਹਟ ਹੁੰਦੀ ਤੁਸੀਂ ਜਦੋਂ ਹੀ ਦੇਖਦੇ ਹੋ ਤਾਂ ਲੋਕਾਂ ਨੂੰ ਅੱਜ ਆਪਣੇ ਆਮਣੇ ਸਾਹਮਣੇ ਤੁਹਾਨੂੰ ਲੱਗਦਾ ਕਿ ਇੱਥੇ ਹੀ ਧਿਆਨ ਸੀ ਮੈਂ ਇੱਥੇ ਔਰ ਮੈਂ ਲਗਾਤਾਰ ਇਸ ਨੂੰ ਮੈਂ ਜੀ ਰਿਹਾ ਮੈਂ ਅਗਰ ਪੋਲੀਟਿਕਸ ਜਿਹਨੂੰ ਕਹਿੰਦੇ ਨੇ ਲੋਕ ਮੈਂ ਤਾਂ ਇੱਕ ਸੋਸ਼ਲ ਕਮਿਟਮੈਂਟ ਵਾਸਤੇ ਸੋਸ਼ਲੀ ਉਸ ਜ਼ਿੰਦਗੀ 'ਚ ਗਿਆ ਮੈਂ ਉਹ ਫਿਰ ਆਪਣੇ ਆਪ ਹੀ ਰਸਤੇ ਬਣ ਗਏ ਉਹਨਾਂ ਨੇ ਆਪਣੇ ਆਪ ਹੀ ਮੈਨੂੰ ਪਾਰਲੀਮੈਂਟਰੀਅਨ ਬਣਾਤਾ ਰਾਜ ਸਭਾ 'ਚ ਦੇ ਦਿੱਤਾ ਰਾਜ ਸਭਾ 'ਚ ਦਿੱਤਾ ਉਹਨਾਂ ਨੇ ਕਿਹਾ ਲੋਕ ਸਭਾ ਲੜ ਜਾਓ ਮੈਨੂੰ ਲੱਗਿਆ ਹਾਂ ਲੜ ਜਾਂਦੇ ਹਾਂ ਉਹ ਵੀ ਲੜ ਗਏ ਅਤੇ ਮੈਂ 5 ਟਰਮ ਜਿਹੜਾ ਮੈਂਬਰ ਆਫ ਪਾਰਲੀਮੈਂਟ ਵੀ ਰਹਿ ਲਿਆ ਇਹ ਸਭ ਕੋਈ ਮੈਂ ਕੋਈ ਪਲੈਨ ਨਹੀਂ ਕੀਤਾ ਸੀ ਹਾਂ ਲੇਕਿਨ ਪਲੈਨ ਮੇਰਾ ਸਿਰਫ ਇਹ ਸੀ ਕਿ ਲੋਕ ਮੈਨੂੰ ਜਾਣਨ ਲੋਕ ਮੈਨੂੰ ਪਹਿਚਾਣਨ ਔਰ ਉਸ ਕਰਕੇ ਮੈਂ ਚੱਲ ਰਿਹਾ ਸਾਂ ਔਰ ਉਸ ਦੀ ਰਾਹ ਜੋ ਮੈਨੂੰ ਸਾਹਮਣੇ ਨਜ਼ਰ ਆ ਰਹੀ ਸੀ ਜੋ ਮੈਨੂੰ ਵਾਰ ਵਾਰ ਜੋ ਮੈਨੂੰ ਖੁਸ਼ੀ ਮਹਿਸੂਸ ਕਰਾਉਂਦੀ ਸੀ ਉਸ ਹੀ
ਐਕਟਿਵ ਔਰ ਉਹ ਮੈਨੂੰ ਮਿਲੀ ਔਰ ਮਿਲੀ ਔਰ ਅੱਜ ਤੱਕ ਮੈਂ ਉਹਨੂੰ ਛੱਡਦਾ ਨਹੀਂ ਸਕਿਆ ਜਾਣਾ ਕਿ ਲੋਕ ਵੀ ਆਪ ਆਪ ਸਿਨੇਮਾ ਕਿ ਆਪਕੋ ਅੱਛਾ ਲੱਗਤਾ ਹੈ ਸ਼ਾਇਦ ਤੁਹਾਡਾ ਵੀ ਅਗਲਾ ਸਵਾਲ ਹੋਵੇ ਕਿ ਤੁਸੀਂ ਐਜ ਏ ਫਿਰ ਆਰਟਿਸਟ ਤੁਹਾਨੂੰ ਸਿਨੇਮੇ 'ਚ ਜ਼ਿਆਦਾ ਅੱਛਾ ਲੱਗਦਾ ਹੈ ਕੈਰੀਅਰ ਜਾਂ ਤੁਹਾਨੂੰ ਜਿਹੜਾ ਪੋਲੀਟੀਕਲੀ ਅੱਛਾ ਲੱਗਦਾ ਹੈ ਮੇਰਾ ਜਵਾਬ ਇਹ ਹੀ ਹੁੰਦਾ ਹੈ ਮੈਨੂੰ ਕਿਹਾ ਯਾਰ ਆਦਮੀ ਜਿਸ ਜੋ ਪੈਦਾ ਕਰਤੀ ਹੈ ਨਾ ਉਹ ਮਾਂ ਹੋਤੀ ਹੈ ਔਰ ਮੇਰੇ ਰਾਜ ਬੱਬਰ ਕੋ ਮੇਰੇ ਮਾਂ ਬਾਪ ਨੇ ਮੇਰੇ ਜਾਂ ਮੇਰੇ ਮਾਂ ਪਿਓ ਨੇ ਮੈਨੂੰ ਪੈਦਾ ਕੀਤਾ ਮੈਂ ਦੁਨੀਆ 'ਚ ਆਇਆ ਲੇਕਿਨ ਰਾਜ ਬੱਬਰ ਨਾਂ ਨੂੰ ਪੈਦਾ ਕੀਤਾ ਸਿਨੇਮਾ ਨੇ ਥੀਏਟਰ ਨੇ ਆਰਟ ਨੇ ਮੇਰੀ ਐਕਟਿੰਗ 'ਤੇ ਅਤੇ ਮੈਂ ਆਪਣੀ ਮਾਂ ਨੂੰ ਕਿਸ ਤਰ੍ਹਾਂ ਭੁੱਲ ਸਕਦਾ ਮੈਂ ਕਿਧਰੇ ਵੀ ਜਾਵਾਂ ਚਾਹੇ ਕੋਈ ਵੀ ਪ੍ਰੋਫੈਸ਼ਨ ਹੋਵੇ ਕੱਲ੍ਹ ਨੂੰ ਲੋਕ ਮੈਨੂੰ ਬਿਜ਼ਨਸਮੈਨ ਕਹਿਣ ਕੱਲ੍ਹ ਨੂੰ ਲੋਕ ਮੈਨੂੰ ਪੋਲੀਟੀਸ਼ੀਅਨ ਕਹਿਣ ਕੱਲ੍ਹ ਨੂੰ ਲੋਕ ਮੈਨੂੰ ਕੁਛ ਕਹਿਣ ਲੇਕਿਨ ਮੇਰੀ ਮਾਂ 'ਤੇ ਮੇਰਾ ਪੇਸ਼ਾ ਹੈ ਮੇਰਾ ਸਿਨੇਮਾ ਹੈ ਇੰਨਾ ਮੈਂ ਨਾ ਜਦੋਂ ਆਪਾਂ ਕਸੌਲੀ ਮਿਲੇ ਸੀਗੇ ਲਿਟ ਫੈਸਟ 'ਤੇ ਥੋੜ੍ਹਾ ਸੈਸ਼ਨ ਮੈਂ ਸੁਣਿਆ ਸੀਗਾ ਉੱਥੇ ਨਾ ਤੁਸੀਂ ਗੱਲ ਗਈ ਸੀਗੀ ਤੁਹਾਡੇ ਡਾਕਟਰ ਕੁਐਸਚਨ ਪੁੱਛ ਰਹੇ ਸੀਗੇ ਐਂਡ ਤੁਸੀਂ ਜਵਾਬ ਦੇ ਰਹੇ ਸੀਗੇ ਉੱਥੇ ਤੁਸੀਂ ਗੱਲ ਗਈ ਸੀਗੀ ਕਿ ਆਪਣਾ ਸਾਰਾ ਪੋਲੀਟੀਕਲ ਕਰੀਅਰ ਤੁਸੀਂ ਡਿਸਕ੍ਰਾਈਬ ਕੀਤਾ ਐਂਡ ਤੁਸੀਂ ਨਾ ਉੱਥੇ ਸ਼ਬਦ ਕਿਹਾ ਕਿ ਯਾਰ ਅਸਲ 'ਚ ਮੈਂ ਪੋਲੀਟੀਸ਼ੀਅਨ ਹੈ ਹੀ ਨਹੀਂ ਤੁਸੀਂ ਠੀਕ ਆ ਮੈਂ ਰਾਜ ਸਭਾ ਗਿਆ ਲੋਕ ਸਭਾ ਗਿਆ ਮੈਂਬਰ ਆਫ ਪਾਰਲੀਮੈਂਟ ਜਿਵੇਂ ਤੁਸੀਂ ਕਹਿ ਰਹੇ ਹੋ ਹੈ ਨਾ ਬਣੇ ਤੁਸੀਂ ਕਿਹਾ ਸੀਗਾ ਕਿ ਮੈਂ ਐਕਚੁਅਲ 'ਚ ਪੋਲੀਟੀਸ਼ੀਅਨ ਹੈ ਹੀ ਨਹੀਂ ਤਾਂ ਰਾਜ ਸਾਹਿਬ ਮੇਰਾ ਤੁਹਾਡੇ ਨਾਲ ਸਵਾਲ ਇਹ ਹੈ ਕਿ ਬੀਇੰਗ ਅ ਪੋਲੀਟੀਸ਼ੀਅਨ ਹੋਣ ਦੇ ਨਾਤੇ ਉਹਦੇ ਵਿੱਚ ਜਦੋਂ ਆਪਣੇ ਨਾਲ ਪੋਲੀਟਿਕਸ ਹੁੰਦੀ ਹੈ ਤਾਂ ਉਹ ਉਹ ਟਾਈਮ ਕਿੱਦਾਂ ਕਿੰਨਾ ਕੁ ਔਖਾ ਹੈ ਫੇਸ ਕਰਨਾ ਇਨਸਾਨ ਵਾਸਤੇ ਬਿਕੋਜ਼ ਇਹ ਹੈ ਤਾਂ ਜ਼ਿੰਦਗੀ ਦਾ ਦਸਤੂਰ ਹੀ ਹੈ ਬਿਲਕੁਲ ਦਸਤੂਰ ਹੈ ਤਕਲੀਫ ਉਹਨਾਂ ਲੋਕਾਂ ਨੂੰ ਹੁੰਦੀ ਹੈ ਜੋ ਦਿਮਾਗ ਤੋਂ ਸੋਚਦੇ ਨੇ ਹੈ ਨਾ ਔਰ ਉਹ ਚਾਹੇ ਮੈਂ ਤਾਂ ਉਹਨਾਂ ਨੂੰ ਬੜਾ ਲੱਗਦਾ ਕਿ ਯਾਰ ਮੈਂ ਸੋਚਿਆ ਸੀ ਮੈਂ ਇੰਝ ਕਰਾਂਗਾ ਮੈਂ ਇੰਝ ਕਰਾਂਗਾ ਇਹ ਕਰਾਂਗਾ ਔਰ ਮੈਂ ਉਹਨੂੰ ਢਾ ਦਿਆਂਗਾ ਢਾ ਉਹ ਬੜਾ ਦਿਮਾਗ ਇਸਤੇਮਾਲ ਕਰਦੇ ਨੇ ਮੈਂ ਜ਼ਿੰਦਗੀ ਭਰ ਦਿਮਾਗ ਇਸਤੇਮਾਲ ਨਹੀਂ ਕੀਤਾ ਨਾ ਐਕਟਿੰਗ 'ਚ ਕੀਤਾ ਅਤੇ ਨਾ ਹੀ ਸੋਸ਼ਲ ਲਾਈਫ 'ਚ ਕੀਤਾ ਸਮਰਪਿਤ ਸੀਗੇ ਲੋਕਾਂ ਨੂੰ ਮੈਂ ਸਰ ਦਿਲੋਂ ਸੋਚਦਾ ਰਿਹਾ ਮੈਂ ਅਗਰ 2-4-5 ਵਾਰੀ ਜੋ ਬਣਿਆ ਵੀ ਹਾਂ ਮੈਂਬਰ ਆਫ ਪਾਰਲੀਮੈਂਟ ਮੈਨੂੰ ਦਿਲੋਂ ਕਿਹਾ ਕਿ ਨਹੀਂ ਮੈਂ ਉਹਨੇ ਕਿਹਾ ਕਿ ਯਾਰ ਨਹੀਂ ਰਾਜ ਹਮ ਚਾਹਤੇ ਹੈ ਆਪਣੀ ਇਲੈਕਸ਼ਨ ਲੜੋ ਅਤੇ ਮੈਂ ਉਹਦੀ ਇੱਜ਼ਤ ਕਰਦਾ ਸੀ ਮੈਂ ਉਹਦੀ ਉਹਦਾ ਦਿਲੋਂ ਉਹਨੂੰ ਪਿਆਰ ਕਰਦਾ ਸੀ ਉਹਨੇ ਕਿਹਾ ਮੈਨੂੰ ਕਿ ਠੀਕ ਹੈ ਭਾਈ ਤੂੰ ਦਿਲ ਦੀ ਗੱਲ ਮੰਨਦਾ ਰਿਹਾ ਮੈਂ ਦਿਲ ਦੀ ਗੱਲ ਮੰਨ ਕੇ ਹੁਣ ਮੈਨੂੰ ਕਿਸ ਤਰ੍ਹਾਂ ਪੂਰਾ ਕਰਾਂ ਮੈਂ ਜ਼ਬਾਨ ਦਿੱਤੀ ਹੈ ਅਤੇ ਫਿਰ ਉਹਦੇ ਬਾਅਦ ਦਿਮਾਗ ਲਾਉਂਦਾ ਸੀ ਕਿ ਯਾਰ ਨਹੀਂ ਮੈਨੇ ਇਹ ਕਹਿ ਦੀ ਇਹ ਯਹਾਂ ਸੋਚਾ ਯਹਾਂ ਸੇ ਵਚਨ ਦੀ ਆ ਯਹਾਂ ਅਬ ਮੈਂ ਇਸ ਕੈਸੇ ਕਰੂੰ ਤਾਂ ਮੈਨੂੰ ਇਹ ਮੇਰੀ ਮੇਰੀ ਜਰਨੀ ਪੁੱਠੀ ਹੁੰਦੀ ਸੀ ਮੈਂ ਉੱਤੋਂ ਇੱਥੇ ਨਹੀਂ ਆਉਂਦਾ ਸਾਂ ਮੈਂ ਇੱਥੋਂ ਇੱਥੇ ਜਾਂਦਾ ਸਾਂ ਰਾਜ ਸਾਹਿਬ ਤੁਸੀਂ ਨਾ ਉੱਥੇ ਮਤਲਬ ਕਿ ਗੱਲਾਂ ਇਹ ਵੀ ਕਹੀਆਂ ਸੀਗੀਆਂ ਕਿ ਜਦੋਂ ਮੈਂ ਪੋਲੀਟੀਸ਼ੀਅਨ ਸੀਗਾ ਨਾ ਬੜੀਆਂ ਫਿਲਮਾਂ ਮੇਰੇ ਕੋਲ ਗਈਆਂ ਹੱਥੋਂ ਦੀ ਮਤਲਬ ਇਹਦਾ ਮੈਨੂੰ ਬਹੁਤ ਲੋਸ ਹੋਇਆ ਅਤੇ ਮੈਂ ਉਹ ਜਿਹੜਾ ਐਕਸਪੀਰੀਅੰਸ ਉਹ ਮੂਡ ਜਾਣਨਾ ਚਾਹੂੰਗਾ ਬਿਕੋਜ਼ ਬੀਇੰਗ ਅ ਸੈਲੀਬ੍ਰਿਟੀ ਹੋਣ ਦੇ ਨਾਤੇ ਲੋਕ ਤੁਹਾਨੂੰ ਐਜ਼ ਅ ਯੂ ਨੋ ਪੋਲੀਟੀਸ਼ੀਅਨ ਐਕਸੈਪਟ ਨਹੀਂ ਕਰਦੇ ਲੋਕ ਇਹ ਸੋਚਦੇ ਆ ਵੀ ਆ ਤੁਸੀਂ ਸੈਲੀਬ੍ਰਿਟੀ ਹੋ ਤਾਂ ਸੈਲੀਬ੍ਰਿਟੀ ਕਦੇ ਪੋਲੀਟੀਸ਼ੀਅਨ ਨਹੀਂ ਹੋ ਸਕਦਾ ਉਹ ਤੁਹਾਨੂੂੰ ਮੌਕਾ ਜ਼ਰੂਰ ਦੇ ਸਕਦੇ ਨੇ ਬਟ ਉਹ ਰਿਪੀਟ ਤਾਂ ਤੁਹਾਨੂੰ ਬਾਰ ਬਾਰ ਮੌਕਾ ਨਹੀਂ ਦਿੰਦੇ ਹੈਗੇ ਆਈ ਨੋ ਮੈਂ ਅਨਫੋਰਚੁਨੇਟ ਸੀ ਮੈਂ ਜਦੋਂ ਫਿਲਮਾਂ ਕਰ ਰਿਹਾ ਥਾ ਮੇਰੀ ਫਿਲਮ ਦਲਾਲ ਬਹੁਤ ਵੱਡੀ ਹਿੱਟ ਹੋਈ ਸੀ ਔਰ ਉਸ ਵਕਤ ਜੋ ਹੈ ਕਿ ਇੰਡਸਟਰੀ ਦੇ ਵਿੱਚ ਕੋਈ ਹਾਦਸੇ ਐਸੇ ਹੋ ਰਹੇ ਸਨ ਕਿ ਵਿਨੋਦ ਖੰਨਾ ਫਿਲਮ ਇੰਡਸਟਰੀ ਛੱਡ ਕੇ ਚਲੇ ਗਏ ਉਹ ਸਾਧੂ ਹੋ ਗਏ ਸਨ ਉਹ ਸ਼ੋ ਕੋਲ ਚਲੇ ਗਏ ਐਕਟਰਸ ਸ਼ਾਦੀਆਂ ਕਰ ਰਹੀਆਂ ਸਨ ਇਹ ਸਭ ਰਤੀ ਨੇ ਇੱਧਰ ਕਰ ਲਏ ਉੱਧਰ ਕਰ ਲਏ ਤਾਂ ਉਹਦੇ ਬਾਅਦ ਬਹੁਤ ਜ਼ਿਆਦਾ ਜ਼ਿਆਦਾ ਫਿਲਮਾਂ ਸੀ ਅਤੇ ਪ੍ਰੋਡਿਊਸਰ ਵਿਚਾਰੇ ਜੋ ਸੀ ਇੱਕਦਮ ਸ਼ੌਕਡ ਹੋ ਗਏ ਕਿ ਸਰ ਇਹ ਸਭ ਇਹ ਕੋਈ ਆਦਮੀ ਛੋੜ ਕੇ ਚਲਾ ਜਾਂਦਾ ਹੈ ਔਰ ਕੋਈ 10 ਫਿਲਮਾਂ ਸਨ ਕਿਸੇ ਕੋਲ 15 ਫਿਲਮਾਂ ਸਨ ਕਿਸੇ ਕੋਲ 20 ਫਿਲਮਾਂ ਸਨ ਅਤੇ ਉਹ ਉਹ ਪ੍ਰੋਡਿਊਸਰ ਤਾਂ ਮਰ ਗਿਆ ਸ਼ੂਟਿੰਗ ਕਰਦਾ ਅਤੇ ਮੇਰੇ ਕੋਲ ਉਸ ਵਕਤ 63 ਫਿਲਮ ਸਨ 63 ਫਿਲਮਾਂ ਸਨ ਮੇਰੇ ਕੋਲ ਅਤੇ ਇੱਕ ਬਣਿਆ ਫਿਲਮ ਮੇਕਰਸ ਕੰਬਾਈਨ ਕਰਕੇ ਇੱਕ ਐਸੋਸੀਏਸ਼ਨ ਬਣੀ ਜਿਸ 'ਚ ਟੈਕਨੀਸ਼ੀਅਨਸ ਦੀ ਵੀ ਯੂਨੀਅਨ ਸੀ ਐਸੋਸੀਏਸ਼ਨ ਸੀ ਉਹਨਾਂ ਦੀ ਵੀ ਆਰਟਿਸਟ ਦੀ ਵੀ ਸੀ ਪ੍ਰੋਡਿਊਸਰਸ ਦੀ ਵੀ ਸੀ ਡਿਸਟ੍ਰੀਬਿਊਟਰ ਦੀ ਵੀ ਸੀ ਕਿਉਂਕਿ ਸਭ ਦਾ ਇਨਵੋਲਵਮੈਂਟ ਹੁੰਦੀ ਹੈ ਫਿਲਮ ਮੇਕਿੰਗ ਦੇ ਵਿੱਚ ਅਤੇ ਉਹਨਾਂ ਨੇ ਸਭ ਨੇ ਤੈਅ ਕੀਤਾ ਕਿ ਬਈ ਇਹ ਬਹੁਤ ਜ਼ਿਆਦਾ ਕਿ ਐਕਟਰ ਜਦੋਂ ਮਰਜ਼ੀ ਆਉਂਦੀ ਛੱਡ ਕੇ ਚੱਲ ਦਿੰਦੇ ਨੇ ਵਾਰਨਿੰਗ ਦਿੰਦੇ ਇੱਕ ਮਹੀਨੇ 'ਚ ਕੰਪਲੀਟ ਕਰ ਲਓ ਜਾਂ ਇਹਨਾਂ ਦੀਆਂ ਫਿਲਮਾਂ ਉਹਨਾਂ ਕੋਲ ਹੁੰਦੀਆਂ ਅਤੇ ਇੱਕ ਮਹੀਨੇ 'ਚ ਕਿਸ ਤਰ੍ਹਾਂ ਕੰਪਲੀਟ ਹੋ ਸਕਦੀ ਸੋ ਡਿਸੀਜਨ ਆਇਆ ਕਿ ਜੀ ਅਸੀਂ ਜੋ ਐਕਟਰ ਜੋ ਹੈ
ਉਹ ਕੰਟੀਨਿਊਸ ਇੱਕ ਨਾਲ ਜੈਸੇ ਮੰਨ ਲਓ 10 ਫਿਲਮਾਂ ਨੂੰ 10 ਫਿਲਮਾਂ ਤੋਂ ਜ਼ਿਆਦਾ ਡੇਟਾ ਨਹੀਂ ਦੇ ਸਕਦਾ ਔਰ ਜਦ ਤੱਕ ਉਹ 10 ਫਿਲਮਾਂ ਵਿੱਚੋਂ ਇੱਕ ਫਿਲਮ ਪੂਰੀ ਹੁੰਦੀ ਹੈ ਤਾਂ ਉਹ 11ਵੀਂ ਫਿਲਮ ਸ਼ੁਰੂ ਕਰੇਗਾ ਔਰ ਉਹ ਮੇਰੇ ਕੋਲ 63 ਫਿਲਮਾਂ ਸਨ ਹੁਣ ਅਸੀਂ ਕਿਸੇ ਨੇ ਯਾਰੀ ਦੋਸਤੀ ਨਾਲ ਕਰ ਲਈ ਕਿਸੇ ਨੇ ਐਸੇ ਕਿਸੇ ਨੇ ਕਿਹਾ ਸਾਇੰਸ ਤੋਂ ਕਿਹਾ ਚੱਲ ਯਾਰ ਠੀਕ ਹੈ ਲੈਬਰੇਟਰ ਲੈ ਫਿਲਮ ਕਰ ਲਈ ਦੋਸਤ ਯਾਰ ਹੁੰਦੇ ਸਨ ਅਜੇ ਹੁਣ ਸ਼ੂਟਿੰਗ ਤਾਂ ਮੈਂ ਉਹਨਾਂ ਦੀ ਕੀਤੀ ਹੈ ਕਿਸੇ 10 ਦਿਨ ਕੀਤੀ ਕਿਸੇ 5 ਦਿਨ ਕੀਤੀ 4 ਦਿਨ ਕੀਤੀ ਉਹ ਫਿਲਮਾਂ ਜਿਹੜੀਆਂ ਸਨ ਮੈਂ ਫਿਲਮ ਕਰ ਹੀ ਨਹੀਂ ਸਕਦਾ ਸਾ ਹੁਣ ਜਦ ਤੱਕ ਇਹਨਾਂ 10 ਚੋਂ ਇੱਕ ਫਿਲਮ ਰਿਲੀਜ਼ ਨਾ ਹੋਵੇ ਤਾਂ ਦੂਸਰੀ ਫਿਲਮ ਨਾ ਤਾਂ ਕੰਪਲੀਟ ਕਿਵੇਂ ਹੁਣ ਤਾਂ ਇੱਕ ਸਪੇਸ ਇੱਕ ਗੈਪ ਵੱਧਦਾ ਗਿਆ ਔਰ ਉਹ ਐਸਾ ਗੈਪ ਹੋਇਆ ਕਿ ਇਵੈਂਚੁਅਲੀ ਮੈਂ ਕੋਈ 2 ਸਾਲ ਤੱਕ ਫਿਲਮਾਂ ਸਾਈਨ ਨਹੀਂ ਕਰ ਸਕਿਆ ਕੋਈ ਨਵੀਂ ਫਿਲਮ ਸਾਈਨ ਹੀ ਨਹੀਂ ਕੀਤੀ ਅੱਛਾ ਫਿਰ ਅਗਰ ਮੰਨ ਲਓ 3 ਵਾਰੀ ਡੇਟਾਂ ਅਗਰ ਕੋਈ ਡਿਸਟ੍ਰੀਬਿਊਟਰ ਜਾਂ 3 ਮਹੀਨੇ ਤੱਕ ਰੈਗੂਲਰ ਅਗਰ ਕੋਈ ਪ੍ਰੋਡਿਊਸਰ ਡੇਟ ਨਹੀਂ ਲੈਂਦਾ ਤਾਂ ਅਸੀਂ FMCG ਪਰ ਰਿਪੋਰਟ ਕਰਦੇ ਸਾਂ ਅਤੇ ਉਸ ਫਿਲਮ ਨੂੰ ਉਸ ਲਿਸਟ 'ਚੋਂ ਪਿੱਛੇ ਪਾ ਦਿੰਦੇ ਸਨ ਅਤੇ ਹੁਣ 3 ਮਹੀਨੇ ਤੋਂ ਇੰਤਜ਼ਾਰ ਕਰਨਾ ਪੈਂਦਾ ਸੀ ਨਾ ਅਤੇ ਉਹਨਾਂ ਦੈਟ ਵੀ ਦ ਸਾਈਕਲ ਵਾਜ਼ ਸੋ ਵਿਥ ਲੌਂਗ ਹੋ ਗਈ ਸੀ ਮੇਰੀ ਅਤੇ ਮੈਂ ਕਰਦਿਆਂ 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 2 ਸਾਲ ਤੱਕ ਮੈਂ ਨਾ ਕੋਈ ਫਿਲਮ ਸਾਈਨ ਕੀਤੀ ਅਤੇ 3.5 ਸਾਲ 'ਚ ਮੈਂ ਆਪਣੀਆਂ ਫਿਲਮਾਂ ਕੰਪਲੀਟ ਕੀਤੀਆਂ ਜਦ ਤੱਕ ਇੱਕ ਗੈਪ ਵੀ ਹੋ ਗਿਆ NHA ਲੋਕਾਂ ਨੇ ਮੈਨੂੰ ਰਾਜ ਸਭਾ ਦਾ ਮੈਂਬਰ ਬਣਾ ਦਿੱਤਾ ਫਿਰ 1999 ਦੇ ਵਿੱਚ ਮੈਨੂੰ ਇਲੈਕਸ਼ਨ ਲੜਵਾ ਦਿੱਤਾ ਤੁਹਾਨੂੰ ਆਲ ਕਾਇੰਡ ਆਫ ਥਿੰਗ ਹੈਪਨ ਇਨ ਮਾਈ ਲਾਈਫ ਔਰ ਬਸ ਹੁੰਦੀਆਂ ਗਈਆਂ ਨਾ ਮੈਂ ਸੋਚ ਕੇ ਕੀਤਾ ਨਾ ਮੈਨੂੰ ਪਤਾ ਸੀ ਲਾਸਟ ਸਵਾਲ ਇਸ ਤੋਂ ਬਾਅਦ ਵਾਈਂਡ ਅਪ ਕਰਦੇ ਹਾਂ ਕਿ ਯਾਰੀ ਦੋਸਤੀ ਨੂੰ ਮਿਸ ਕਰਦੇ ਹੋ ਉਸ ਸਮੇਂ ਜੋ ਯਾਰ ਦੋਸਤ ਸੀਗੇ ਉਸ ਸਮੇਂ ਜੋ ਬੌਂਡ ਸੀਗਾ ਰਾਜ ਬੱਬਰ ਦੀ ਜ਼ਿੰਦਗੀ ਵਿੱਚ ਭਾਵੇਂ ਫਿਲਮ ਇੰਡਸਟਰੀ ਦਾ ਲਗਾ ਲਓ ਕਿਉਂਕਿ ਸਾਨੂੰ ਤਾਂ ਫਿਲਮਾਂ ਦਾ ਹੀ ਪਤਾ ਤਾਂ ਉਹ ਜਿਹੜੀ ਯਾਰੀ ਦੋਸਤ ਜੋ ਸਮਾਂ ਬਤੀਤ ਕੀਤਾ ਤੁਸੀਂ ਆਪਣੇ ਯਾਰਾ ਦੋਸਤਾਂ ਦੇ ਨਾਲ ਉਹ ਬੌਂਡ ਅੱਜ ਹੈਗਾ ਰਾਜ ਬੱਬਰ ਜ਼ਿੰਦਗੀ ਵਿੱਚ ਜਾਂ ਇਸ ਸ਼ੋਹਰਤ ਨੂੰ ਜਿਹੜਾ ਅੱਜ ਰੱਬ ਨੇ ਮੁਕਾਮ ਬਖਸ਼ਿਆ ਪੈਸਾ ਬਖਸ਼ਿਆ ਇਸ ਨੂੰ ਮਾਣਦੇ ਹੋ ਦੇਖੀਏ ਮੈਂ ਹਮੇਸ਼ਾ ਜੋ ਮੇਰੇ ਇਨਸਾਨੀ ਜਿਹੜੀਆਂ ਕਦਰਾਂ ਨੇ ਜੋ ਰਿਸ਼ਤੇ ਨੇ ਉਹਨਾਂ ਦੀ ਮੈਂ ਜ਼ਿੰਦਗੀ 'ਚ ਬਹੁਤ ਜ਼ਿਆਦਾ ਅਹਿਮੀਅਤ ਰੱਖੀ ਹੈ ਔਰ ਉਹ ਸਾਥ ਉਹ ਦੋਸਤੀ ਉਹ ਮੁਹੱਬਤ ਉਹ ਹਮੇਸ਼ਾ ਬਣਿਆ ਰਿਹਾ ਔਰ ਅੱਜ ਵੀ ਮੇਰੇ ਮਿੱਤਰਾਂ ਦੇ ਨਾਲ ਹੈ ਇੰਡਸਟਰੀ ਦੇ ਵਿੱਚ ਜਿਹੜੇ ਮੇਰੇ ਪੁਰਾਣੇ ਸਾਥੀ ਸਨ ਜਿਹਨਾਂ ਨਾਲ ਅਸੀਂ ਉੱਠਦੇ ਬਹਿੰਦੇ ਸਾਂ ਅੱਜ ਵੀ ਉਹਨਾਂ 'ਚ ਕੁਛ ਹੈ ਨੇ ਕੁਛ ਅਸੀਂ ਅੱਜ ਵੀ ਹੋਰ ਕੁਛ ਨਹੀਂ ਤਾਂ ਫੋਨ 'ਤੇ ਗੱਲਾਂ ਕਰ ਲਈਦਾ ਮਿਲ ਲਈਦਾ ਸੋ ਜੇ ਤਾਂ ਰਿਸ਼ਤੇ ਬਰਕਰਾਰ ਨੇ ਲੇਕਿਨ ਅੱਜ ਖੁਸ਼ੀ ਹੁੰਦੀ ਆਪਣੇ ਬੱਚਿਆਂ ਨੂੰ ਦੇਖ ਕੇ ਇਹਨਾਂ ਦੇ ਦੋਸਤਾਂ ਯਾਰਾਂ ਨੂੰ ਵੇਖ ਕੇ ਔਰ ਕੋਸ਼ਿਸ਼ ਕਰਦੇ ਹਾਂ ਕਿ ਬੱਚੇ ਸਾਰੇ ਇਕੱਠੇ ਹੋ ਜਾਣ ਅਤੇ ਫਿਰ ਆਪਣੇ ਦੋਸਤਾਂ ਨੂੰ ਵੀ ਬੁਲਾ ਲੈ ਤੁਹਾਡਾ ਬੜਾ ਬੜਾ ਧੰਨਵਾਦ ਇਸ ਮੁਲਾਕਾਤ ਲਈ ਐਂਡ ਆਈ ਹੋਪ ਤੁਹਾਡੀ ਆਈ ਵਿਸ਼ ਤੁਹਾਡੀ ਸਿਹਤ ਕਾਮਯਾਬ ਰਹੇ ਤੁਸੀਂ ਹੋਰ ਸਕਸੈਸ ਅਚੀਵ ਕਰੋ ਐਂਡ ਤੁਹਾਡੀ ਹੈਲਥ ਤੁਹਾਡੀ ਲਾਈਫ ਬਹੁਤ ਖੂਬਸੂਰਤ ਰਹੇ ਥੈਂਕ ਯੂ ਸੋ ਮਚ ਗੋਡ ਬਲੈਸ ਥੈਂਕ ਯੂ ਸੋ ਮਚ